ਜਿਹੜੀ ਸੰਗਤ ਦੂਰੋਂ ਨੇੜੇ ਆਈ ਹੈ, ਸੰਗਤ 'ਤੇ ਜਿਹੜੀ ਪੈਦਲ ਯਾਤਰਾ ਵੀ ਆਉਂਦੀ ਆ, ਜਿਹੜੀ ਨੰਗੇ ਪੈਰੀ ਵੀ ਆਉਂਦੀ ਆ, ਸਾਡੇ ਮਨ ਦੀ ਖੁਸ਼ੀ ਇਹੀ ਆ ਕਿਸੇ ਦੇ ਪੈਰ ਨਾ ਸੜਨ, ਅਤੇ ਅਸੀਂ ਜਿਹੜੀ ਉੱਥੋਂ ਗੁਰੂ ਰਾਮਦਾਸ ਹਸਪਤਾਲ ਤੋਂ ਲੈ ਕੇ ਸ਼ਹੀਦਾਂ ਤੱਕ ਕਿ ਪਾਣੀ ਨਾਲ ਪੂਰਾ ਗਿੱਲਾ ਰੱਖੀਏ ਕਿ ਉਹਨੂੰ ਠੰਡ, ਉਹਦੇ ਸੀਨੇ ਨੂੰ ਠੰਡ ਮਿਲੇ, ਕਿ ਜਿਹੜਾ ਬਹੁਤ ਧੁੱਪ ਕਰਕੇ ਪੈਰ ਬਹੁਤ ਸੜਦੇ ਪਏ ਆ। ਜਦੋਂ ਆਪਣਾ ਸੰਗਤ ਜਾਂਦੀ ਆ ਅਤੇ ਉਹਨੂੰ ਆਪਣਾ ਠੰਡੀ ਮਹਿਸੂਸ ਹੁੰਦਾ ਅਤੇ ਪੈਰਾਂ ਨੂੰ ਠੰਡ ਲੱਗਦੀ ਆ, ਅਤੇ ਆਹ ਵੇਖੋ ਸੰਗਤ ਵੇਖੋ, ਇਹਦੇ ਹੀ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰੀ ਦੀ ਆ, ਮਨ ਮਨ ਖੁਸ਼ ਹੁੰਦਾ ਸਾਡਾ ਬੜਾ। ਸੂਬੇ ਦੇ ਵਿੱਚ ਜਿੱਥੇ ਗਰਮੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਉੱਥੇ ਐਤਵਾਰ ਵਾਲੇ ਦਿਨ ਲੱਖਾਂ ਦੀ ਤਾਦਾਦ 'ਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੁੰਦੀਆਂ ਨੇ, ਤਾਂ ਅਸੀਂ ਇਸ ਵੇਲੇ ਤੁਹਾਨੂੰ ਇੱਕ ਸੇਵਾ ਦਿਖਾਉਣ ਜਾ ਰਹੇ ਹਾਂ ਕਿ ਤਪਦੀ ਗਰਮੀ ਦੇ ਵਿੱਚ ਕਿਵੇਂ ਸੰਗਤਾਂ ਵੱਲੋਂ ਇੱਥੇ ਜਿਹੜਾ ਹੈ ਸੜਕਾਂ 'ਤੇ ਪਾਣੀ ਤਰੌਂਕ ਕੇ ਸੇਵਾ ਕੀਤੀ ਜਾ ਰਹੀ ਹੈ, ਕਿਉਂਕਿ ਸੰਗਤਾਂ ਅਕਸਰ ਨੰਗੇ ਪੈਰ ਆਉਂਦੀਆਂ ਨੇ ਅਤੇ ਉਹਨਾਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ, ਜਿੱਥੇ ਕਿ ਪਾਣੀ ਸੜਕ 'ਤੇ ਤਰੌਂਕਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਗਰਮੀ ਬਹੁਤ ਹੈ ਔਰ ਲੱਖਾਂ ਲੋਕ ਇੱਥੇ ਦਰਸ਼ਨ ਮੇਲੇ ਕਰਨ ਵਾਸਤੇ ਆਉਂਦੇ ਨੇ। ਤਾਂ ਉੱਥੇ ਇਹ ਇੱਕ ਸੇਵਾ ਕੀਤੀ ਜਾਂਦੀ ਹੈ, ਸੰਗਤਾਂ ਸਾਡਾ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ? ਇਹ ਸੇਵਾ ਜੀ ਬਾਬਾ ਦੀਪ ਸਿੰਘ ਨੇ ਬਹੁਤ ਵਧੀਆ ਸੇਵਾ ਕਰਾਈ ਹੈ, ਜਿਹੜੀ ਸੰਗਤ ਦੂਰੋਂ ਨੇੜੇ ਆਈ ਹੈ, ਸੰਗਤ 'ਤੇ ਜਿਹੜੀ ਪੈਦਲ ਯਾਤਰਾ ਵੀ ਆਉਂਦੀ ਆ, ਜਿਹੜੀ ਨੰਗੇ ਪੈਰੀ ਵੀ ਆਉਂਦੀ ਆ, ਸਾਡੇ ਮਨ ਦੀ ਖੁਸ਼ੀ ਇਹੀ ਆ ਕਿਸੇ ਦੇ ਪੈਰ ਨਾ ਸੜਨ, ਅਤੇ ਅਸੀਂ ਜਿਹੜੀ ਉੱਥੋਂ ਗੁਰੂ ਰਾਮਦਾਸ ਹਸਪਤਾਲ ਤੋਂ ਲੈ ਕੇ ਸ਼ਹੀਦਾਂ ਤੱਕ ਕਿ ਪਾਣੀ ਨਾਲ ਪੂਰਾ ਗਿੱਲਾ ਰੱਖੀਏ, ਕਿ ਉਹਨੂੰ ਠੰਡ, ਉਹਦੇ ਸੀਨੇ ਨੂੰ ਠੰਡ ਮਿਲੇ, ਕਿ ਜਿਹੜਾ ਬਹੁਤ ਧੁੱਪ ਕਰਕੇ ਪੈਰ ਬਹੁਤ ਸੜਦੇ ਪਏ ਆ। ਇਸ ਕਰਕੇ ਸਾਨੂੰ ਗੁਰੂ ਬਾਬਾ ਦੀਪ ਸਿੰਘ ਨੇ ਸੇਵਾ ਲਾਈ ਆ ਕਿ ਪਾਣੀ ਨਾਲ ਪੂਰੀ ਸੜਕ ਗਿੱਲੀ ਕਰਕੇ ਰੱਖਣੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅਤੇ ਅਸੀਂ ਮੈਟ ਵੀ ਲਗਾਇਆ ਗਿਆ ਇਸ ਵਾਰ, ਮੈਟ ਜੀ ਆਪਣਾ ਪਿਛਲੇ ਤੋਂ ਪਿਛਲੇ ਐਤਵਾਰ ਵੀ ਲਾਇਆ ਸੀ ਸੰਗਤ ਕਰਕੇ, ਅਤੇ ਮੈਟ ਪੂਰਾ ਗਿੱਲਾ ਤਾਂ ਕੀਤਾ ਵਾ ਕਿ ਸੰਗਤ ਦੇ ਪੈਰ ਨਾ ਸੜਨ, ਪੂਰੇ ਮੈਟ ਦੇ ਉੱਤੇ ਵੀ ਆਪਾਂ ਪਾਣੀ ਵਿਛਾਇਆ ਵਾ, ਮੈਟ ਪੂਰਾ ਗਿੱਲਾ ਕੀਤਾ ਵਾ, ਇਸ ਕਰਕੇ ਕਿ ਸੰਗਤ ਇਹ ਜੀ ਆਪਣਾ ਪੈਰ ਜਦੋਂ ਆਪਣਾ ਸੰਗਤ ਜਾਂਦੀ ਆ ਅਤੇ ਉਹਨੂੰ ਆਪਣਾ ਠੰਡੀ ਮਹਿਸੂਸ ਹੁੰਦਾ ਅਤੇ ਪੈਰਾਂ ਨੂੰ ਠੰਡ ਲੱਗਦੀ ਆ, ਅਤੇ ਆਹ ਵੇਖੋ ਸੰਗਤ ਵੇਖੋ, ਇਹਦੇ ਹੀ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰੀ ਦੀ ਆ। ਮਨ ਮਨ ਖੁਸ਼ ਹੁੰਦਾ ਸਾਡਾ ਬੜਾ ਕਿ ਇਹਨਾਂ ਦੇ ਪੈਰ ਜਿਹੜੇ ਹੈਗੇ ਆ ਕਿ ਗਰਮ ਨਾ ਹੋਣ, ਬਸ ਠੰਡੇ ਹੀ ਰਹਿਣ, ਠੰਡੇ ਹੀ ਰਹਿਣ। ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਅੰਮ੍ਰਿਤਸਰ ਤੋਂ ਕਿ ਕਿਵੇਂ ਸੇਵਾ ਜਿਹੜੀ ਹੈ ਇੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਔਰ ਪਾਣੀ ਤਰੌਂਕਣ ਦੀ ਇੱਕ ਅਨੋਖੀ ਸੇਵਾ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਵਾਸਤੇ ਕਿੰਨਾ ਰਿਲੈਕਸ ਹੈ ਕਿ ਤੁਸੀਂ ਦੇਖੋ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹ ਇੱਥੇ ਨੰਗੇ ਪੈਰੀ ਆਉਂਦੀਆਂ ਨੇ, ਤਾਂ ਨੰਗੇ ਪੈਰੀ ਆਉਣ ਵਾਲੀ ਜਿਹੜੀ ਸੰਗਤ ਹੈ ਉਹਨਾਂ ਵਾਸਤੇ ਖਾਸ ਤੌਰ ਦੇ ਉੱਤੇ ਸੜਕ ਦੇ ਉੱਤੇ ਮੈਟ ਵਿਛਾ ਦਿੱਤੇ ਗਏ ਨੇ ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆ ਸਕੇ। ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ, ਤੁਸੀਂ ਵੇਖ ਸਕਦੇ ਹੋ ਕਿ ਦੂਰ ਦਰਾਜੇ ਤੱਕ ਵੀ ਤੁਸੀਂ ਅਗਰ ਝਾਤ ਪਾਓਗੇ ਤਾਂ ਤੁਹਾਨੂੰ ਇੱਥੇ ਸੰਗਤਾਂ ਵੱਲੋਂ ਜਿਹੜਾ ਹੈ ਜਲ ਦੀ ਸੇਵਾ ਕੀਤੀ ਜਾ ਰਹੀ ਹੈ, ਜਿੱਥੇ ਜਲ ਛਕਾਉਣ ਵਾਸਤੇ ਉੱਥੇ ਵੱਡੀਆਂ ਤੁਸੀਂ ਵੇਖ ਸਕਦੇ ਹੋ ਆਪਣੀ ਟੀ ਵੀ ਸਕਰੀਨ ਦੇ ਉੱਤੇ ਕਿ ਇਸ ਵੇਲੇ ਇੱਥੇ ਛਬੀਲਾਂ ਵੀ ਲਗਾਈਆਂ ਗਈਆਂ ਨੇ। ਛਬੀਲਾਂ ਕਿਸ ਕਰਕੇ ਵੀ ਭਾਜੀ? ਇਹਦੇ ਇਸੇ ਕਰਕੇ ਇਹ ਜੀ ਨਾਲੇ ਛਬੀਲ ਵੀ ਲੱਗਦੀ ਆਪਣੀ ਸੁਬਹਾ ਤੋਂ ਲੈ ਕੇ ਸ਼ਾਮ ਤੱਕ, ਅਤੇ ਕੱਚੀ ਲੱਸੀ ਆਪਣਾ, ਨਾਲੇ ਜਲ ਜੀਰਾ ਅਤੇ ਮਿੱਠਾ ਪਾਣੀ, ਅਤੇ ਨਾਲ ਉੱਧਰ ਸੰਗਤ ਆਪਣੇ ਵੀਰ ਸੇਵਾ ਵੀ ਕਰਦੇ ਪਏ ਆ, ਅਤੇ ਇੱਧਰੋਂ ਅਸੀਂ ਸੜਕ ਗਿੱਲੀ ਕਰਨ ਵੱਲ ਵੀ ਧਿਆਨ ਆ ਅਤੇ ਲੰਗਰ ਵੱਲ ਵੀ ਧਿਆਨ ਸਾਡਾ। ਹਾਂਜੀ ਭਾਜੀ, ਫਿਰ ਕਿੰਨੇ ਵਜੇ ਆਏ ਸਵੇਰੇ? ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅਸੀਂ ਜੀ 6 ਵਜੇ ਆ ਕੇ ਸਾਰਾ ਸਾਂਭ ਲਈਦਾ ਆ। ਪਹਿਲਾਂ ਟੈਂਟ ਦੀ ਸੇਵਾ ਹੁੰਦੀ ਆ ਜੀ, ਬਾਅਦ ਵਿੱਚ ਸਾਰੀ ਸੇਵਾ ਮਤਲਬ ਕਿ ਹੌਲੀ ਹੌਲੀ ਆਪਣਾ ਬੰਦੋਬਸਤ ਕਰਕੇ ਛਬੀਲ ਦੀ ਸੇਵਾ ਕਰੀਦੀ ਆ ਜੀ। ਹਾਂਜੀ, ਅਤੇ ਇਸ ਤੋਂ ਮਤਲਬ ਕਿ 2-3 ਮਹੀਨੇ ਹੋ ਗਏ ਆ, ਉਸ ਤੋਂ ਜ਼ਿਆਦਾ ਚਿਰ ਹੋ ਗਿਆ ਸੇਵਾ ਲਈ। ਤੁਸੀਂ ਵੇਖ ਸਕਦੇ ਹੋ ਆਪਣੀ ਟੀ ਵੀ ਸਕਰੀਨ ਦੇ ਉੱਤੇ ਕਿ ਕਿਵੇਂ ਇੱਥੇ ਸੇਵਾ ਕੀਤੀ ਜਾ ਰਹੀ। ਤਸਵੀਰਾਂ ਤੁਹਾਨੂੰ ਅਸੀਂ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਦਿਖਾ ਰਹੇ ਹਾਂ।
ਕਿ ਕਿਸ ਤਰੀਕੇ ਦੇ ਨਾਲ ਇੱਥੇ ਸੇਵਾ ਜਿਹੜੀ ਹੈ ਤੁਸੀਂ ਆਪਣੀ ਟੀ ਵੀ ਸਕਰੀਨ 'ਤੇ ਵੇਖ ਸਕਦੇ ਹੋ ਕਿ ਸੰਗਤ ਦੇ ਪੈਰ ਧੋਣ ਦੀ ਜਿਹੜੀ ਹੈ ਸੇਵਾ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਔਰ ਸੰਗਤਾਂ ਜਿਹੜੀਆਂ ਨੇ ਮਿਲ ਕੇ ਆ ਰਹੀਆਂ ਨੇ ਔਰ ਤੁਸੀਂ ਵੇਖੋ ਕਿ ਪੈਰ ਧੋਣ ਦੀ ਇੱਕ ਅਨੋਖੀ ਸੇਵਾ ਇੱਥੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਅਕਸਰ ਗਰਮੀ ਦੇ ਮੌਕੇ ਦੇ ਵਿੱਚ ਲੋਕਾਂ ਦੇ ਪੈਰ ਬਹੁਤ ਸੜਦੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਗਰਮੀ 45 ਡਿਗਰੀ ਦੇ ਆਸ ਪਾਸ ਟੈਂਪਰੇਚਰ ਹੈ ਔਰ ਇਸ ਤਰੀਕੇ ਨਾਲ ਸੰਗਤ ਦੇ ਪੈਰ ਧੋਣ ਦੀ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਕਿਉਂਕਿ ਸੰਗਤ ਕਈ ਸੰਗਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਨੰਗੇ ਪੈਰੀ ਆਉਂਦੀਆਂ ਨੇ ਤਾਂ ਨੰਗੇ ਪੈਰੀ ਆਉਣ ਵਾਲੀ ਸੰਗਤ ਦੇ ਪੈਰ ਧੋਣ ਦੀ ਇੱਥੇ ਇੱਕ ਸੇਵਾ ਜਿਹੜੀ ਹੈ ਉਹ ਅਸੀਂ ਤੁਹਾਨੂੰ ਤੁਹਾਡੀ ਟੀ ਵੀ ਸਕਰੀਨ 'ਤੇ ਵਿਖਾ ਰਹੇ ਹਾਂ ਕਿ ਇੱਕ ਨਵੇਕਲਾ ਪ੍ਰਯਾਸ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਹੈ ਕਿ ਜਿਹੜੀ ਸੰਗਤ ਆਉਂਦੀ ਹੈ ਉਸ ਦੇ ਪੈਰ ਧੋਤੇ ਜਾਣ। ਦੂਜੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ, ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਆਪਣੀ ਟੀ ਵੀ ਸਕਰੀਨ ਦੇ ਉੱਤੇ ਕਿ ਇੱਥੇ ਵੀ ਮੈਟ ਲਾਏ ਗਏ ਨੇ ਤਾਂ ਉੱਥੇ ਜਿਹੜੀ ਹੈ ਸੰਗਤਾਂ ਦੇ ਪੈਰ ਧੋਤੇ ਜਾ ਰਹੇ ਨੇ ਤਾਂ ਕਿਉਂਕਿ ਅਕਸਰ ਸੰਗਤ ਜਿਹੜੀ ਹੈ ਨੰਗੇ ਪੈਰੀ ਹੁੰਦੀ ਹੈ ਤਾਂ ਨੰਗੇ ਪੈਰੀ ਆਉਣ ਵਾਲੀ ਸੰਗਤ ਨੂੰ ਗਰਮੀ ਨਾ ਲੱਗੇ ਔਰ ਇਹ ਇੱਕ ਸੇਵਾ ਤੁਸੀਂ ਵੇਖ ਸਕਦੇ ਹੋ ਆਪਣੀ ਟੀ ਵੀ ਸਕਰੀਨ ਦੇ ਉੱਤੇ ਕਿ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਹੈ ਅਤੇ ਲਗਾਤਾਰ ਇਹ ਸੇਵਾ ਜਾਰੀ ਰਹੇਗੀ। ਤਾਂ ਪਾਣੀ ਤਰੌਂਕਣ ਦੀ ਸੇਵਾ ਦਾ ਇੱਕ ਅਲੱਗ ਤੁਹਾਨੂੰ ਅਸੀਂ ਦਿਖਾਇਆ ਕਿ ਕਿਸ ਤਰੀਕੇ ਦਾ ਨੌਜਵਾਨ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਰ ਰਹੇ ਨੇ ਔਰ ਸ਼ਹੀਦਾ ਸਾਹਿਬ ਲਗਾਤਾਰ ਜਿੱਥੇ ਲੱਖਾਂ ਲੋਕ ਆ ਰਹੇ ਨੇ ਅਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਸੇਵਾ ਹੀ ਕਰਨ ਵਾਸਤੇ ਆਉਂਦੇ ਨੇ, ਕਈ ਲੋਕ ਗੁਰੂ ਘਰ ਦੇ ਵਿੱਚ ਆਉਂਦੇ ਨੇ ਇੱਥੇ ਮੱਥਾ ਟੇਕਣ ਆਉਂਦੇ ਨੇ, ਲੇਕਿਨ ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਆਉਣ ਵਾਲੀ ਸੰਗਤ ਦੀ ਸੇਵਾ ਕਰਦੇ ਨੇ। ਤਾਂ ਸੇਵਾ ਦਾ ਇੱਕ ਅਨੋਖਾ ਰੂਪ ਤੁਹਾਡੇ ਨਾਲ ਸਾਂਝਾ ਕੀਤਾ ਹੈ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰਿੱਡ ਪੰਜਾਬ ਟੀ ਵੀ, ਅੰਮ੍ਰਿਤਸਰ।